ਵਾਲਿਆਂ ਦੀ ਪਕੜ 'ਚ ਮੂੰਹ ਤੇ ਕਾਲਾ ਕੱਪੜਾ ਪਵਾਈ ਖੜੇ ਇਹਨਾਂ ਦਰਿੰਦਿਆਂ ਨੇ ਉਹ ਹੱਦਾਂ ਪਾਰ ਕਰ ਦਿੱਤੀਆਂ ਨੇ ਜਿਸ ਤੇ ਚੱਲਦਿਆਂ ਖੂਨ ਦੇ ਰਿਸ਼ਤੇ ਵੀ ਦਾਗ ਦਾਗ ਹੋ ਗਏ ਨੇ। ਦਰਅਸਲ ਸਾਰਾ ਮਾਮਲਾ ਲੁਧਿਆਣਾ ਬਸਤੀ ਜੋਧੇਵਾਲ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਵੱਲੋਂ ਉਹ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ ਜਿਸ 'ਚ ਭਰਾ ਨੇ ਭਾਬੀ ਦੇ ਚੱਕਰਾਂ 'ਚ ਤਿੰਨ ਬੰਦਿਆਂ ਨੂੰ ਵਾੜ ਕੇ ਗੰਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇੰਨਾ ਹੀ ਨਹੀਂ ਖੂਨੀ ਰਿਸ਼ਤਿਆਂ ਨੂੰ ਦਾਗਦਾਗ ਕਰਦੇ ਭਰਾ ਨੇ ਹਵਸ ਦੀਆਂ ਹੱਦਾਂ ਉਸ ਸਮੇਂ ਪਾਰ ਕਰ ਦਿੱਤੀਆਂ ਜਦੋਂ ਮੁੱਖ ਮੁਲਜ਼ਮ ਅਸ਼ੋਕ ਕੁਮਾਰ ਦੀਆਂ ਕਰਤੂਤਾਂ ਬਾਰੇ ਜੁਆਇੰਟ ਕਮਿਸ਼ਨਰ ਵੱਲੋਂ ਪਰਦਾ ਚੁੱਕਿਆ ਗਿਆ। ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੂੰ 24 ਦਸੰਬਰ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫਲ ਹੋਏ। 3 ਨਵੰਬਰ 2020 ਕੋ ਧਾਰਾ 302 ਕੇ ਤਹਿਤ ਬਸਤੀ ਜੋਧੇਵਾਲ ਮੇਂ ਇੱਕ ਮਰਡਰ ਕਾ ਕੇਸ ਦਰਜ ਹੋਇਆ ਸੀ, ਉਸਕੋ 24 ਦਸੰਬਰ ਕੋ ਸੁਲਝਾਇਆ। ਇਸਮੇਂ ਵਜ੍ਹਾ ਰੰਜਿਸ਼ ਇਹ ਥੀ ਕਿ ਜੋ ਮ੍ਰਿਤਕ ਰਾਜੂ ਹੈ ਉਸਕਾ ਭਰਾ ਹੈਗਾ ਅਸ਼ੋਕ, ਉਸਕਾ ਅਸ਼ੋਕ ਕਾ ਆਪਣੀ ਭਾਬੀ ਦੇ ਨਾਲ ਨਾਜਾਇਜ਼ ਸੰਬੰਧ ਬਣ ਗਿਆ ਸੀ, ਤੋ ਅਸ਼ੋਕ ਕੀ ਭਾਬੀ ਔਰ ਅਸ਼ੋਕ ਦੋਨੋਂ ਰਾਜੂ ਕੋ ਆਪਣੇ ਬੀਚ ਮੇਂ ਸੇ ਹਟਾਉਣਾ ਚਾਹ ਰਹੇ ਥੇ ਤਾਂ ਕਿ ਉਨ੍ਹੋਂਨੇ ਇਸੀ ਰੰਜਿਸ਼ ਕੇ ਲੈ ਕੇ ਰਾਜੂ ਕਾ ਮਰਡਰ ਕਰਨੇ ਕੀ ਪਲਾਨਿੰਗ ਬਣਾਈ। ਜੋ ਅਸ਼ੋਕ ਹੈ ਉਸਨੇ ਆਪਣੇ ਇੱਕ ਸਾਥੀ ਕੇ ਨਾਲ ਮਿਲ ਕੇ ਆਜ਼ਾਦ ਆਲਮ ਔਰ ਪਵਨ ਕੁਮਾਰ ਜੋ ਦੋ ਉਸਕੇ ਸਾਥੀ ਹੈ ਉਨਕੋ 50,000 ਕੀ ਫਿਰੌਤੀ ਰਾਜੂ ਕੋ ਮਾਰਨੇ ਕੇ ਲਈ ਦੀ ਥੀ। ਉਸਮੇਂ ਸੇ 20,000 ਰੁਪਏ ਉਸਨੇ ਐਡਵਾਂਸ ਦੀਏ ਥੇ ਔਰ ਬਾਕੀ 30,000 ਰੁਪਏ ਉਸਨੇ ਬੋਲਾ ਕਿ ਜਬ ਰਾਜੂ ਕਾ ਮਰਡਰ ਹੋ ਜਾਏਗਾ ਉਸਕੇ ਬਾਅਦ ਮੇਂ ਮੈਂ ਦੂੰਗਾ। ਤੋ ਇਸਕੇ ਲੀਏ ਆਜ਼ਾਦ ਆਲਮ ਪਵਨ ਔਰ ਇੰਜਮਾਮੁਲ ਹਕ ਨੇ ਆਪਣੇ ਇੱਕ ਸਾਥੀ ਔਰ ਹੈ ਉਸਕੇ ਸਾਥ ਮਿਲ ਕੇ 2 ਦਸੰਬਰ ਕੀ ਰਾਤ ਕੋ ਈਂਟ ਕੇ ਦੁਆਰਾ ਰਾਜੂ ਕਾ ਮਰਡਰ ਕਿਆ ਔਰ ਵਹਾਂ ਸੇ ਫਰਾਰ ਹੋ ਗਏ। ਉਸਕੇ ਬਾਅਦ ਮੇਂ ਪੁਲਿਸ ਨੇ ਆਪਣੇ ਖੁਫੀਆ ਸੋਰਸ ਔਰ ਮੁਖਬਰੀ ਔਰ ਟੈਕਨੀਕਲ ਐਵੀਡੈਂਸ ਕੇ ਆਧਾਰ ਪਰ 24 ਦਸੰਬਰ ਕੋ ਇਸ ਕੇਸ ਕੇ ਵਿੱਚ ਅਸ਼ੋਕ ਕੁਮਾਰ ਔਰ ਆਜ਼ਾਦ ਕੋ ਔਰ 25 ਦਸੰਬਰ ਕੋ ਪਵਨ ਕੁਮਾਰ ਔਰ ਇੰਜਮਾਮੁਲ ਹਕ ਕੋ ਫਮਰਾ ਰੋਡ ਸੇ ਗ੍ਰਿਫਤਾਰ ਕੀਆ ਔਰ ਇਸ ਅੰਨੇ ਕਤਲ ਕੀ ਗੁੱਥੀ ਨੂੰ ਸੁਲਝਾਉਣ ਵਿੱਚ ਕਾਮਯਾਬੀ ਮਿਲੀ। ਬੇਸਿਕਲੀ ਅਸ਼ੋਕ ਕਾ ਮ੍ਰਿਤਕ ਰਾਜੂ ਦੀ ਵਾਈਫ ਦੇ ਨਾਲ ਇੱਕ ਨਾਜਾਇਜ਼ ਸੰਬੰਧ ਦੇ ਬਣਨੇ ਕੀ ਕਾਰਨ ਰਾਜੂ ਕਾ ਮਰਡਰ ਕਿਆ ਗਿਆ। ਮੇਨ ਮੋਟਿਵ ਇਨਕਾ ਇਹੀ ਥਾ ਔਰ ਇਸਮੇਂ ਹਮਨੇ ਦੋ ਮੋਬਾਈਲ ਔਰ ਜਿਸ ਈਂਟ ਕੇ ਨਾਲ ਉਸਕਾ ਮਰਡਰ ਕੀਤਾ ਸੀ ਉਹ ਔਰ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ ਔਰ ਇਸਮੇਂ ਅਭੀ ਔਰ ਵੀ ਪੁੱਛਤਾਛ ਕਰ ਰਹੇ ਕਿ ਔਰ ਕੌਣ ਕੌਣ ਇਸਮੇਂ ਸ਼ਾਮਿਲ ਹੋਇਆ ਹੈ ਇਸ ਮਰਡਰ ਕੇਸ ਮੇਂ। ਬੇਸਿਕਲੀ ਇਹ 20 ਔਰ 25 ਸਾਲ ਕੇ ਬੀਚ ਮੇਂ ਹੈਗੇ ਸਾਰੇ। ਅਸ਼ੋਕ ਕੀ ਜੈਸੇ 22 ਸਾਲ ਹੈਗੇ, ਆਜ਼ਾਦ ਕੀ 27 ਸਾਲ ਹੈਗੀ, ਪਵਨ ਕੀ 22 ਸਾਲ ਹੈਗੀ ਔਰ ਇੰਜਮਾਮੁਲ ਹੱਕ ਕੀ 20 ਸਾਲ ਉਮਰ ਹੈਗੀ। ਅਭੀ ਤੱਕ ਤਾਂ ਕੁਝ ਹੈਗਾ ਨਹੀਂ, ਅਸੀਂ ਪਤਾ ਕਰ ਰਹੇ ਕਿਉਂਕਿ ਇਹ ਪਿਛੋਕੜ ਇਹਨਾਂ ਦਾ ਕਿਸ਼ਨਗੰਜ ਬਿਹਾਰ ਸੇ ਇਹ ਬਿਲੋਂਗ ਕਰਤੇ ਹੈ ਤੋ ਮੈਂ ਵੈਰੀਫਾਈ ਕਰ ਰਹੇ ਕਿ ਇਹਨਾਂ ਖਿਲਾਫ਼ ਪਹਿਲੇ ਵੀ ਕੋਈ FIR ਹੈ ਜਾਂ ਨਹੀਂ। ਇੱਕ ਵਾਰ ਫਿਰ ਹਵਸ ਦੇ ਚੱਕਰਾਂ 'ਚ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ ਤੇ ਉਹਨਾਂ ਰਿਸ਼ਤਿਆਂ ਨੂੰ ਦਾਗਦਾ ਕਰ ਦਿੱਤਾ ਏ ਜਿਨ੍ਹਾਂ ਦੇ ਸਹਾਰੇ ਸਾਡੇ ਇਹ ਸਮਾਜ ਦੁਨੀਆ ਤੋਂ ਅੱਡ ਗਿਣੇ ਜਾਂਦੇ ਨੇ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।